ਨਾਮ ਕੀ ਦੱਸਿਆ ਪਹਿਲਾਂ? ਜਾ ਪਿੱਛੇ ਹੋ ਜਾ ਤੂੰ। ਹੋ ਗਿਆ ਹੋ ਗਿਆ ਹੋ ਗਿਆ, ਮੈਂ ਡਬਲ ਐਮ ਏ ਪੀ ਐਚ ਡੀ ਜੇ ਸ਼ੁਰੂ ਨੂੰ ਪਿੱਛੇ ਹੋ ਜਾ, ਮੈਂ ਆਪੇ ਕਰ। ਡਬਲ ਐਮ ਏ ਪੀ ਐਚ ਡੀ ਕਿੱਥੇ ਕੀਤੇ ਦੱਸੋ? ਪੰਜਾਬੀ ਯੂਨੀਵਰਸਿਟੀ 'ਚ। ਕਿਹੜੇ ਸਨ ਜੀ? 73 ਜੀ ਮਹਿੰਦਰਾ। 73 ਸਨ ਦੇ ਵਿੱਚ ਮਹਿੰਦਰਾ ਕਾਲਜ 'ਚ ਪੜ੍ਹੇ ਹੋ ਅਤੇ ਫਿਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ। ਕਾਹਦੀ ਐਮ ਏ ਕੀਤੀ ਤੁਸੀਂ ਜੀ? ਸੁਣ ਲਾ ਇੱਕ ਮਿੰਟ। ਹਾਂਜੀ ਆਹ ਬੋਲ ਰਹੇ ਨੇ, ਡੋਂਟ ਕੁਐਸਚਨ। ਠੀਕ ਹੈ ਜੀ, ਡੋਂਟ ਕੁਐਸਚਨ ਵੀ ਨਹੀਂ, ਮੈਂ ਨਹੀਂ ਕਰਦਾ, ਨਹੀਂ ਡੋਂਟ ਕੁਐਸਚਨ ਮੈਨੂੰ। ਆਹ ਪੂਰਨ ਸਿੰਘ ਕਿਹੜਾ ਹੈ? ਅਤੇ ਮੈਂ 73 74 'ਚ ਹਾਂਜੀ ਮਹਿੰਦਰਾ ਕਾਲਜ ਗੁਰਸੇਵਕ ਸਿੰਘ ਪ੍ਰਿੰਸੀਪਲ ਹੁੰਦਾ। ਅੱਛਾ ਜੀ, ਜਿਹੜਾ ਪਿੱਛੋਂ 4/1958 ਮੇਰਾ ਜਨਮ ਦਿਨ। ਠੀਕ ਹੈ ਜੀ। ਫਿਰ ਮੈਂ ਪੜ੍ਹਦਾ ਪੁੜ੍ਹਦਾ ਰਿਹਾ। ਮੈਂ ਤੁਹਾਨੂੰ ਸਵਾਲ ਕਰਾਂ, ਤੁਸੀਂ ਦੱਸ ਦਿਓ। ਨਹੀਂ, ਆਈ ਹੈਵ ਨੋ ਟਾਈਮ ਟੂ ਆਨਸਰ। ਬਾਪੂ ਦੇਖ ਲਓ ਅੰਗਰੇਜ਼ੀ ਬੋਲਦੇ ਨੇ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇੱਕ ਬਜ਼ੁਰਗਾਂ ਨੂੰ ਦੇਖੋਗੇ ਜੀ। ਅਸੀਂ ਇਸ ਟਾਈਮ ਪਟਿਆਲੇ ਸ਼ਹਿਰ ਦੇ ਵਿੱਚ ਬਾਈਪਾਸ ਦੇ ਉੱਪਰ ਇੱਕ ਬੰਦਾ ਜੀ ਸਾਡੇ ਉੱਥੇ ਖੜ੍ਹੇ ਹਾਂ ਜੀ। ਇਹ ਬਜ਼ੁਰਗ ਬਿਨਾਂ ਕੱਪੜਿਆਂ ਤੋਂ ਨੇ, ਪਰ ਹਾਲਾਤ ਬਹੁਤ ਦਰਦਨਾਕ ਨੇ। ਇਹ ਬਜ਼ੁਰਗ ਪਟਿਆਲੇ ਜਾਂ ਦੇਵੀਗੜ੍ਹ ਦੇ ਰਹਿਣ ਵਾਲੇ ਨੇ, ਬਹੁਤ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਬਿਨਾਂ ਕੱਪੜਿਆਂ ਤੋਂ। ਥੋੜ੍ਹਾ ਟਾਈਮ ਪਹਿਲਾਂ ਜਿਹੜਾ ਬਜ਼ੁਰਗਾਂ ਦੇ ਕੱਪੜੇ ਜਿਹੜਾ ਤੌਲੀਆ ਪਾ ਦਿੱਤਾ ਗਿਆ ਕਿਸੇ ਨੇ, ਨਹੀਂ ਤਾਂ ਬਹੁਤ ਬੁਰੇ ਹਾਲਾਤ ਸੀਗੇ ਜੀ। ਬਿਨਾਂ ਕੱਪੜਿਆਂ ਤੋਂ ਸੜਕਾਂ ਦੇ ਉੱਪਰ ਇੱਕ ਬਜ਼ੁਰਗਾਂ ਨੇ ਰਹਿਣਾ, ਇਹ ਕੋਈ ਸੌਖੀ ਗੱਲ ਨਹੀਂ ਹੈਗੀ। ਆਪ ਜੀ ਸਮਝਦਾਰ ਹੋ ਅਤੇ ਹਾਲਾਤ ਬਹੁਤ। ਬਸ ਇੱਥੇ ਲਾ ਦਿਓ ਗੱਡੀ ਜੀ, ਆ ਜਾਓ ਜੀ। ਔਰ ਤੁਸੀਂ ਦੇਖੋ, ਮੈਂ ਕਹੂੰਗਾ ਕੈਮਰਾ ਮੈਨੂੰ ਦਿਖਾਇਆ ਜਾਵੇ ਇੱਕ ਵਾਰੀ, ਉਹਨਾਂ 'ਤੇ ਕੈਮਰਾ ਰੱਖਿਆ ਜਾਵੇ। ਬਸ ਆ ਜਾਓ ਆ ਜਾਓ ਆ ਜਾਓ, ਗੇਅਰ 'ਚ ਖੜਾ ਦਿਓ। ਵਾਹਿਗੁਰੂ। ਔਰ ਦੇਖੋ ਤੁਸੀਂ ਸੰਗਤ ਜੀ, ਇਹ ਬਜ਼ੁਰਗ ਨੇ। ਬਾਪੂ ਜੀ ਇੱਧਰ ਨੂੰ ਆ ਜਾਓ ਜੀ, ਆ ਜਾਓ ਜੀ। ਹਾਂਜੀ ਨਹੀਂ, ਗੋਲੀ ਨਹੀਂ ਮਾਰਦੇ ਜੀ, ਆ ਜਾਓ ਇੱਧਰ ਨੂੰ ਆ ਜਾਓ। ਗੱਡੀਆਂ ਨਾ ਚੜ, ਗੱਡੀ ਨਾ ਵੱਜੇ ਇੱਧਰ, ਗੱਡੀ ਨਾ ਵੱਜੇ। ਹਾਂ ਇੱਧਰ ਆ ਜਾਓ ਬਾਪੂ, ਇੱਧਰ ਆ ਜਾਓ। ਡੰਡਾ ਨਾ ਮਾਰਦੀ, ਡੰਡਾ ਨਹੀਂ ਮਾਰਦੇ, ਇੱਧਰ ਆ ਜਾਓ ਤੁਸੀਂ। ਲੋ ਤੇ ਜਾ ਯਾਰ, ਇੱਧਰ ਤਾਂ ਆ ਜਾਓ। ਮੈਂ ਹੁਣ ਤੇ ਡਿਆ। ਹਾਂ ਆ ਜਾਓ ਫਿਰ, ਆ ਜਾਓ ਕੋਈ ਨਾ। ਮੇਰਾ ਜਿਹੜਾ, ਅੱਛਾ ਕੀ ਨਾਮ ਕੀ ਆ ਤੁਹਾਡਾ? ਲਾਲ ਸਿੰਘ ਜੀ। ਹੈ ਸੁੰਦਰ ਸਿੰਘ, ਸਨ ਆਫ ਸੁੰਦਰ ਸਿੰਘ, ਟੋਰਾ ਮਗਰ ਸਾਹਿਬ। ਅੱਛਾ ਮਗਰ ਸਾਹਿਬ ਪਿੰਡ ਆ ਤੁਹਾਡਾ, ਗੁਰਦੁਆਰਾ ਸਾਹਿਬ ਹੈਗਾ ਜੀ। ਹਾਂ ਇੱਧਰ ਨੂੰ ਹੋ ਜਾਓ, ਆ ਜਾਓ। ਕਰਤਾ ਜਾ ਯਾਰ। ਹਾਂ ਠੀਕ ਆ ਠੀਕ ਆ ਬਾਪੂ, ਆ ਜਾਓ। ਲੱਤਾਂ ਟੁੱਟੀਆਂ ਪਈਆਂ ਨੇ ਜੋ ਮੇਰੇ ਹੋਰ। ਠੀਕ ਹੈ, ਕਿੱਥੇ ਲੱਗੇ ਮੈਨੇ ਟਾਂਕੇ ਦੇਖਾਂ ਜੀ। ਆ ਦੇ ਟਾਂਕੇ ਲੱਗੇ। ਅੱਛਾ ਇਹ ਸੱਟ ਕਿਵੇਂ ਲੱਗੀ ਤੁਹਾਡੇ? ਆਈ 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 ਗਲੂ ਜਾ ਯਾਰ। ਕੀ ਨਾਮ ਦੱਸਿਆ ਤੁਸੀਂ? ਨਾਮ ਕੀ ਦੱਸਿਆ ਪਹਿਲਾਂ? ਜਾ ਪਿੱਛੇ ਹੋ ਜਾ ਤੂੰ। ਹੋ ਗਿਆ ਹੋ ਗਿਆ ਹੋ ਗਿਆ, ਮੈਂ ਡਬਲ ਐਮ ਏ ਪੀ ਐਚ ਡੀ ਜੇ ਸ਼ੁਰੂ ਨੂੰ ਪਿੱਛੇ ਹੋ ਜਾ, ਮੈਂ ਆਪੇ ਕਰ। ਡਬਲ ਐਮ ਏ ਪੀ ਐਚ ਡੀ ਪੀ ਐਚ ਡੀ ਤੁਸੀਂ ਡਬਲ ਐਮ ਏ ਕਿੱਥੇ ਕੀਤੀ ਹੈ ਜੀ? ਉਹ ਇੱਥੇ ਆ ਧੱਕੇ ਜੀ ਛੇਤਰ। ਕਿੱਥੇ ਕਿੱਥੇ ਕੀਤੇ ਦੱਸੋ? ਪੰਜਾਬੀ ਯੂਨੀਵਰਸਿਟੀ 'ਚ। ਕਿਹੜੇ ਸਨ ਜੀ? 73 ਜੀ ਮਹਿੰਦਰਾ। 73 ਸਨ ਦੇ ਵਿੱਚ ਮਹਿੰਦਰਾ ਕਾਲਜ 'ਚ ਪੜ੍ਹੇ ਹੋ ਅਤੇ ਫਿਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ। ਓਕੇ, ਕਾਹਦੀ ਐਮ ਏ ਕੀਤੀ ਤੁਸੀਂ ਜੀ? ਸੁਣ ਲਾ ਇੱਕ ਮਿੰਟ। ਹਾਂਜੀ ਆਹ ਬੋਲ ਰਹੇ ਨੇ, ਡੋਂਟ ਕੁਐਸਚਨ। ਠੀਕ ਹੈ ਜੀ, ਡੋਂਟ ਕੁਐਸਚਨ ਵੀ ਨਹੀਂ, ਮੈਂ ਨਹੀਂ ਕਰਦਾ, ਨਹੀਂ ਡੋਂਟ ਕੁਐਸਚਨ ਮੈਨੂੰ। ਆਹ ਪੂਰਨ ਸਿੰਘ ਕਿਹੜਾ ਹੈ? ਨਹੀਂ ਇੱਧਰ ਨੂੰ, ਅੱਗੇ ਨੂੰ ਹੋ ਜਾਓ, ਅੱਗੇ ਨੂੰ ਆ ਜਾਓ ਆ ਜਾਓ ਆ ਜਾਓ ਯਾਰ। ਆਈ ਕਾਂਟ ਸਪੀਕ ਇੰਗਲਿਸ਼ ਬਿਕੋਜ਼। ਹਾਂ ਬੋਲੋ 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 ਬੋਲੋ, ਪਿੱਛੇ ਹੋ ਗਏ। ਹਾਂ ਹੋ ਗਿਆ, ਮੈਂ ਹੋ ਗਿਆ, ਮੈਨੂੰ ਬੋਲ ਲੈਣ ਦੇ ਬਾਰੇ ਬੋਲੋ ਜੀ, ਮੇਰੇ ਚ ਨਾ ਬੋਲ ਜੀ। ਠੀਕ ਹੈ, ਨਹੀਂ ਡੋਂਟ ਇੰਟਰਵਿਊ ਨਹੀਂ। ਠੀਕ ਹੈ ਜੀ, ਭਾਈ ਇੰਟਰਵਿਊ ਨਹੀਂ ਹੈਗਾ, ਤੁਹਾਨੂੰ ਗੱਲਾਂ ਦੱਸ ਜੀ। ਬਿਲਕੁਲ ਬਿਲਕੁਲ ਬਿਲਕੁਲ, ਇੱਥੇ ਮੈਂ 73 74 ਚ ਹਾਂਜੀ ਮਹਿੰਦਰਾ ਕਾਲਜ ਗੁਰਸੇਵਕ ਸਿੰਘ ਪ੍ਰਿੰਸੀਪਲ ਹੁੰਦਾ। ਅੱਛਾ ਜੀ, ਜਿਹੜਾ ਪਿੱਛੋਂ। ਅੱਛਾ ਜੀ, ਦੱਸ ਦਿਓ ਤੁਸੀਂ ਗੱਲ, ਦੱਸ ਦਿਓ ਬਾਰੇ। ਪਰੇ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ, ਕਰ ਲੈ ਕਰ ਲੈ ਕਰ ਲੈ ਕਰ ਲੈ ਕਰ ਲੈ। ਅੱਛਾ ਜੀ, ਸਾਰਾ ਤੁਸੀਂ ਮਹਿੰਦਰਾ ਕਾਲਜ ਵਾਲੀ ਗੱਲ ਦੱਸ ਦਿੱਤੇ, ਮੈਂ ਫਿਰ ਦੱਸੂ ਪਹਿਲਾਂ। ਅੱਛਾ ਪਹਿਲਾਂ ਕਰ ਲਾਂ ਦੋ ਇਹਦਾ ਮੁੰਡੇ। ਮੈਨੂੰ ਆਈ ਨੋ ਵੈਰੀ ਵੈਲ, ਦਿਸ ਇਜ਼ ਮਾਈ ਪਰਸਨਲ ਜਾਇਦਾਦ ਜੀ, ਪ੍ਰਾਪਰਟੀ ਜੀ ਜੀ। ਬਿਲਕੁਲ ਲਚਕਾਣੀ ਇਹ ਆ ਉੱਥੇ, ਹੁਣ ਇੱਕ ਮਿੰਟ। ਹਾਂਜੀ ਲਚਕਾਣੀ ਇਹ ਆ ਉੱਥੇ ਹੋਏ, ਹਾਂਜੀ 500-700 ਬੰਦੇ ਕੋਲ। ਹਾਂਜੀ ਅਤੇ ਉਹ ਜਲਾਵਰ ਮਰ ਗਿਆ ਕਿ ਹੈਗਾ? ਕਿਹੜਾ ਜੀ? ਜਲਾਵਰ ਹੈਗਾ ਜੀ, ਹੈਗਾ।
ਮੈਂ ਸੁਣਿਆ ਸੀ 8 ਸਾਲ ਹੋਏ ਮਰ ਗਿਆ। ਠੀਕ ਹੈ ਜੀ, ਤੁਹਾਡੀ ਗੱਲ ਬਿਲਕੁਲ ਇਹ ਵੀ ਸਹੀ ਹੈ ਜੀ। ਤੁਸੀਂ ਮਹਿੰਦਰਾ ਕਾਲਜ ਵਾਲੀ ਗੱਲ ਦੱਸ ਦਿਓ, ਤੂੰ ਇੱਕ ਤੋਂ ਕੀ ਲੈਣਾ, ਸਾਰੇ ਚੱਲਣ ਦੇ ਇਕੱਠੇ ਹੀ 73 'ਚ। ਹਾਂਜੀ ਸੋਹਣੀ, ਚੱਜ ਨਾਲ ਕਰ ਲਈ ਜੇ ਕਰਨ ਲੱਗ ਗਿਆ ਅੱਬਲ ਤਾਂ ਮੈਂ ਮੇਰੀ ਬਹੁਤ ਨੇ ਅਤੇ ਜੇ ਕਰਨ ਲੱਗ ਗਿਆ ਨਾ ਹੁਣ ਚੱਲ ਚੱਲੀਏ ਨਣ ਦਿਆ ਵੀਰਾ ਮੇਲੇ ਮਿੱਤਰ ਹੈ ਲੰਘ ਲਚਕਾਣੀ ਮੇਰੀ ਚਾਚੀ ਦੇ ਨਾਨਕੇ। ਅੱਛਾ ਜੀ, ਮਹਿੰਦਰ ਹੁੰਦਾ ਜੀ ਇੱਕ ਉੱਥੇ ਨਾ, ਨਛੱਤਰ ਸਿੰਘ ਆ ਉੱਥੇ, ਨਛੱਤਰ ਸਿੰਘ ਆਰਮੋਰ। ਅੱਛਾ ਜੀ, ਅੱਛਾ ਜੀ ਪਤਾ। ਹਾਂਜੀ ਹਾਂਜੀ, ਹੈਗਾ ਹੈਗਾ ਕਿ ਮਰ ਗਿਆ ਬਾਈ? ਐਂ ਤਾਂ ਮੈਨੂੰ ਪਤਾ ਨਹੀਂ, ਮੈਂ ਭੁੱਲ ਗਿਆ ਜੀ। ਦੋ ਰਜਿੰਦਰਾ ਜੀ ਗੇਟ ਦੇ ਹੋਟਲ ਨੇ ਨਾ ਜਿਹੜੇ ਹੈਗੇ ਜੀ, ਹੈਗੇ ਪਹਿਲਾ ਤਾਂ ਦੂਆ ਦਰਬਾਰੇ ਦਾ ਹੁੰਦਾ। ਅੱਛਾ ਜੀ, ਉਹਦੇ ਕੋਲ ਇੱਕ ਬੰਦਾ ਆਉਂਦਾ ਤਾ, ਉਹ ਕਹਿੰਦਾ 70,000 ਰੁਪਇਆ ਦੇ ਦਿਓ ਅਤੇ ਤੈਨੂੰ ਠਾਣੇਦਾਰ ਲਵਾ ਦਾਂਗੇ। ਠੀਕ ਹੈ ਜੀ, ਕਿਹੜੇ ਸਨ ਦੀ ਗੱਲ ਆਈ ਹੈ? 79-80। 79 ਦੀ? ਤੁਸੀਂ ਪਹਿਲਾਂ ਸਟੱਡੀ ਤਾਂ ਦੱਸ ਦਿਓ ਤੁਹਾਡੀ ਕਿੰਨੀ ਹੈ ਜੀ? ਕਿੰਨੀ ਆ ਤੈਨੂੰ ਦੱਸਦਾ ਮੈਂ, 4/1958 ਮੇਰਾ ਜਨਮ ਦਿਨ। ਠੀਕ ਹੈ ਜੀ, ਫਿਰ ਮੈਂ ਪੜ੍ਹਦਾ ਰਿਹਾ। ਕਿੰਨਾ ਜੀ? ਸੁਣ ਤਾਂ ਲੈ ਯਾਰ, ਮੈਨੂੰ ਬੋਲ ਲੈਂਦੇ ਕਿ ਆਪਣੇ ਤੂੰ ਗੱਲ, ਮੈਂ ਤੁਹਾਨੂੰ ਸਵਾਲ ਕਰਦਾ ਦੱਸ ਦਿੰਦਾ ਨਹੀਂ। ਆਈ ਹੈਵ ਨੋ ਟਾਈਮ ਟੂ ਆਨਸਰ। ਓ ਬਾਪੂ ਦੇਖ ਲਓ ਅੰਗਰੇਜ਼ੀ ਬੋਲਦੇ ਨੇ, ਅੰਗਰੇਜ਼ੀ ਬੋਲਦਾ ਮਾਰਦਾ। ਬੋਲੋ ਬੋਲੋ ਜੀ, ਬੋਲੋ ਬੋਲੋ। ਮੇਰਾ ਬਾਣੀਆਂ ਦੀ ਯਾਰੀ ਯਾਰ ਨੇ ਲਿਆ ਦੇ, ਮੈਂ ਗਾਲ ਕਿਹਨੂੰ ਕੱਢੀ ਆ? ਮੈਂ ਗਿੱਲ ਗਾਲ ਕਿਹਨੂੰ ਕੱਢੀ ਆ? ਗਾਲ ਕਿਹਨੂੰ ਕੱਢੀ ਆ? ਵਾਈ ਆਰ ਯੂ ਇਨਸਲਟਿੰਗ? ਗਾਲ ਕਿਹਨੂੰ ਕੱਢੀ ਆ? ਗਾਲ ਕਿਹਨੂੰ ਕੱਢੀ ਆ? ਕਿਹਾ ਤੁਸੀਂ ਨਾ ਜੀ ਆ ਸ਼ਬਦ ਵਰਤੇ, ਮੈਂ ਸ਼ਬਦ ਦਾ ਜਿਹੜਾ ਨਾ ਇਹੀ ਸ਼ਬਦ ਆ ਜਿਹੜਾ ਤੈਨੂੰ ਬਚਾਈ ਖੜਾ ਤੁਹਾਡਾ ਤਾਂ ਚਰਲੀ ਬਣਾ ਕੇ ਖਾ ਜਾਂਦੇ ਸਰ। ਲਚਕਾਣੀ ਲੰਘ ਲਚਕਾਣੀ। ਲਓ ਜੀ, ਬਾਪੂ ਜੀ ਤਾਂ ਨਹੀਂ ਸੰਗਤ ਜੀ ਗੱਲ ਕਰ ਪਾ ਰਹੇ ਸਾਡੇ ਨਾਲ, ਗੁੱਸਾ ਕਰਦੇ ਨੇ ਤੇ ਹੁਣ ਅਸੀਂ ਇਹਨਾਂ ਨੂੰ। ਹਾਂਜੀ ਗੁੱਸਾ ਨਹੀਂ, ਮੈਂ ਗੱਲ ਕਰ ਰਿਹਾ ਇਹਦੇ ਨਾਲ। ਇਹ ਮੈਨੂੰ ਨਾ ਪਾਗਲ ਬਣਾ ਕੇ ਨਾ ਉਹ ਬਣਾਉਣਾ ਚਾਹੁੰਦਾ ਵੀ ਮੈਂ ਇਹਦਾ ਸਪੋਰਟਰ ਹਾਂ। ਅੱਛਾ, ਉਹ ਮੈਂ ਗੱਲ ਕਰ ਰਿਹਾ। ਤੁਸੀਂ ਦੇਖ ਰਹੇ ਹੋ ਸੰਗਤ ਜੀ, ਇਹਨਾਂ ਨੇ ਪਹਿਲਾਂ ਕਿਹਾ ਵੀ ਮੇਰਾ ਪਿੰਡ ਆ ਜਿਹੜਾ, ਔਰ ਮੈਂ ਮਹਿੰਦਰਾ ਕਾਲਜ ਔਰ ਇੱਥੇ ਪੜ੍ਹਿਆ ਜੀ ਯੂਨੀਵਰਸਿਟੀ ਦੇ ਵਿੱਚ, ਔਰ ਇਹ ਇੱਦਾਂ ਹੀ ਬਜ਼ੁਰਗ ਕਈ ਦਿਨਾਂ ਤੋਂ ਬਿਨਾਂ ਕੱਪੜਿਆਂ ਤੋਂ ਜਿਹੜਾ ਪਟਿਆਲੇ ਸ਼ਹਿਰ ਦੇ ਵਿੱਚ ਫਿਰ ਰਹੇ ਨੇ ਸੰਗਤ ਜੀ, ਔਰ ਇਹਨਾਂ ਨੇ ਪਿੰਡ ਦੱਸਿਆ ਆਪਣਾ ਜੀ ਮਗਰ ਸਾਹਿਬ, ਮਗਰ ਸਾਹਿਬ ਦੇ ਕੋਲੇ ਪਿੰਡ ਆ ਜੀ ਟੌੜਾ। ਜਿਹੜੇ ਭੈਣ ਭਰਾ ਜਾਣਦੇ ਨੇ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ, ਕੋਈ ਪਰਿਵਾਰਕ ਮੈਂਬਰ ਕੋਈ ਹੈਗਾ ਜੀ ਜੀ ਇਹਨਾਂ ਦਾ ਬੇਟਾ ਦੱਸ ਰਹੇ ਨੇ, ਕਹਿੰਦੇ ਬੇਟਾ ਹੈਗਾ ਬਲਿਹਾਰ ਜੀ। ਠੀਕ ਆ, ਕੋਕ ਕੋਕਾ ਕੋਲਾ ਲਓ, ਕੋਕ ਆ ਲਓ। ਔਰ ਬਾਪੂ ਜੀ ਪੜ੍ਹੇ ਨੇ ਨਹੀਂ ਪੜ੍ਹੇ ਨੇ ਪਤਾ ਨਹੀਂ। ਹਾਂਜੀ ਹਾਂਜੀ, ਔਰ ਇਹ ਇਸ ਹਾਲਾਤਾਂ ਦੇ ਵਿੱਚ ਸ਼ਹਿਰ ਦੇ ਵਿੱਚ ਨੇ ਸੰਗਤ ਜੀ, ਅਸੀਂ ਪਟਿਆਲੇ ਸ਼ਹਿਰ ਦੇ ਵਿੱਚ। ਇਹ ਕਿਹੜਾ ਏਰੀਆ ਜੀ? ਜੁਝਾਰ ਨਗਰ ਦੇ ਵਿੱਚ ਖੜ੍ਹੇ ਹਾਂ ਜੀ। ਕੱਲ੍ਹ ਦੇ ਮੈਂ ਕਹੂੰਗਾ ਬਾਪੂ ਜੀ ਦੀ ਵੀਡੀਓ ਨਾ ਬਣਾਇਓ ਬਿਨਾਂ ਕੱਪੜਿਆਂ ਤੋਂ, ਜਿਹੜੇ ਕੱਪੜੇ ਬਾਪੂ ਜੀ ਦੇ ਨੇ ਨਾ ਉਹ ਥੋੜ੍ਹਾ ਧਿਆਨ ਰੱਖਿਓ ਅਤੇ ਇੱਧਰ ਆ ਜਾਓ ਅਤੇ ਹੁਣ ਬਣਾ। ਹਾਂਜੀ, ਕਿਹਨੇ ਖੋਲਿਆ ਜੀ? 35 ਕਿਹਨੇ ਖੋਲਿਆ? ਆਹ ਡੁੱਲ ਗਿਆ ਜੀ। ਹਾਂ, 7-6,000 ਦੀਆਂ ਜੁੱਤੀਆਂ। ਅੱਛਾ, 6,000 ਦੀਆਂ ਜੁੱਤੀਆਂ ਜੀ। ਅੱਛਾ ਜੀ, ਮੇਰਾ ਝੇਗਾ ਦੀ ਜਿਹੜਾ। ਹਾਂਜੀ, ਜੂਆਂ ਪੈ ਗਈਆਂ 8-2,000 ਦਾ ਦੀ। ਅੱਛਾ ਜੀ, ਉਹਦਾ ਮੈਂ ਖਰਾਬ ਸਾੜਿਆ। ਠੀਕ ਹੈ ਜੀ, ਪਰਨਾ ਦੀ 200 ਦਾ ਆਪ ਸਾੜਿਆ। ਓਕੇ, 700 ਦੀ ਲੋਈ। ਅੱਛਾ, ਉਹਨਾਂ ਨੇ ਲਕੋਲੀ ਖੋਲੀ SGPC ਨੇ ਜੀ। ਹਾਂ ਠੀਕ ਹੈ ਜੀ, ਨਾਲ ਉਹਨਾਂ ਦੇ ਉੱਤੇ ਬੜੇ ਟੌਂਟ ਰੱਖੇ ਹੋਏ ਨੇ। ਅੱਛਾ, ਜਿਹੜੇ ਰਾਤ ਨੂੰ 500 75-95 ਮੋਬਾਈਲ ਚੱਕ ਕੇ ਉਹਨਾਂ ਨੇ। ਠੀਕ ਹੈ ਠੀਕ ਹੈ ਠੀਕ, ਉਹਨਾਂ ਉਹਨਾਂ ਚ ਸੁਣ ਲਓ
ਆ ਜਾਓ ਬਾਪੂ ਆਪਾਂ ਗੱਡੀ 'ਚ ਬਹਿ ਕਰਦੇ ਗੱਲ, ਆ ਜਾਓ ਪੀ ਲਓ ਪੀ ਲਓ, ਚਲੋ ਪੀ ਲਓ ਫਿਰ, ਐਂ ਨਾ ਕਰੋ, ਐਂ ਪੀ ਲਓ ਫਿਰ ਪੀ ਲਓ ਪੀ ਲਓ ਪੀ ਲਓ, ਨਹੀਂ ਲੈ ਜਾਂਗੇ ਬਾਪੂ ਜੀ ਕੋਈ ਨਾ, ਹਾਂਜੀ ਲੈ ਜਾਂਗੇ ਜੀ, ਲੈ ਜਾਂਗੇ, ਲਿਆਓ ਅੱਜ ਲੈ ਜਾਣਾ ਜੀ, ਫਿਰ ਪੀ ਲਓ ਪੀ ਲਓ ਪੀ ਲਓ ਪੀ ਲਓ ਫਿਰ, ਐਂ ਨਾ ਕਰੋ, ਹਾਂ ਪੀ ਲਓ ਪੀ ਲੈਣ ਦੋ, ਪੀ ਲੈਣ ਦੋ, ਪਾਣੀ ਪੀ ਲਓ, ਆਹ ਪੀ ਲੈਣ ਦੋ, ਪਿਆਸ ਲੱਗੀ ਵੀ ਹੋਊਗੀ, ਉਹ ਨਾ ਮੇਰੇ ਬਾਪੂ, ਮੈਂ ਤਾਂ ਤੇਰੇ ਪੈਰੀ ਹੱਥ ਲਾਉਣ ਨੂੰ ਤਿਆਰ ਹਾਂ, ਮਾਰਨਾ ਕਿਹਨੇ ਆ ਤੁਹਾਨੂੰ ਦੱਸੋ ਪਹਿਲਾਂ, ਇਹ ਤੁਹਾਡੇ ਪੈਰੀਂ ਹੱਥ ਲਾਉਣ ਨੂੰ ਤਿਆਰ ਹਾਂ ਜੀ, ਤੁਸੀਂ ਸਾਡੇ ਤੋਂ ਵੱਡੇ ਹੋ ਉਮਰ 'ਚ, ਓਕੇ ਪਹਿਲਾਂ ਬਿਨਾਂ ਕੱਪੜੇ, ਹਾਂ ਬਿਨਾਂ ਕੱਪੜਿਆਂ ਤੋਂ ਸੀਗੇ, ਕੱਲ੍ਹ ਦੇ ਸਾਨੂੰ ਵੀਡੀਓ ਭੇਜ ਰਹੀ ਹੈ ਸੰਗਤ ਬਿਨਾਂ ਕੱਪੜੇ, ਮੇਰੇ ਕੋਲ ਕਾਫੀ ਵੀਡੀਓ ਨੇ ਇਹਨਾਂ ਦੀਆਂ, ਆਜੋ ਫਿਰ ਬੈਠ ਤਾਂ ਜਾਓ ਪਹਿਲਾਂ, ਇੱਧਰ ਤਾਂ ਆਜੋ, ਹਾਂ ਆਜੋ, ਆਜਾ ਬਾਪੂ ਯਾਰ, ਹਾਂਜੀ ਹਾਂ ਉਹ 'ਚ ਬਿਠਾ, ਨਹੀਂ ਅੱਛਾ, ਹਾਂਜੀ ਠੀਕ ਹੈ ਜੀ, ਪਿੱਛੇ ਗੱਡੀ ਆ ਮੈਂ ਕਿਹਾ, ਅੱਛਾ ਅੱਛਾ ਜੀ ਠੀਕ ਹੈ ਜੀ, ਚੱਲ ਜੀ ਉਹ ਬਈ, ਹਾਂਜੀ ਕੁਐਸਚਨ ਪੇਪਰ ਪੜਿਆ, ਅੱਛਾ ਜੀ ਇੱਕਦਮ ਥੱਲੇ ਗਿਰ ਗਿਆ, ਅੱਛਾ ਜੀ ਅੱਛਾ ਜੀ ਆ ਯਾਰ ਰਹਿ, ਅੱਛਾ ਜੀ ਥੱਲੇ ਉਤਰ ਜਾ, ਅੱਛਾ ਜੀ ਥੱਲੇ ਉਤਰ ਜਾ, ਇੱਧਰ ਹੀ ਇਹਨੂੰ ਹੱਥ ਪਾ ਲਿਓ, ਠੀਕ ਹੈ ਜੀ, ਅੱਛਾ ਜੀ ਠੀਕ ਹੈ ਜੀ, ਤੁਹਾਡੇ ਵਾਲੀ 'ਚ ਬਿਠਾਉਣਾ ਜੀ, ਲਚਕਾਣੀ ਜਾਵਾਂਗੇ, ਹਾਂਜੀ ਲਚਕਾਣੀ ਜਾਵਾਂਗੇ ਜੀ, ਤੁਹਾਡੇ ਵਾਲੀ ਤਾਂ ਗੱਦਾ ਹੈਗਾ ਪਿੱਛੇ ਰੱਖਿਆ ਵਾ, ਆਹੀ ਰੱਖ ਲਓ, ਅਸੀਂ ਬੰਦੇ ਲੈਣ ਚੱਲੇ ਆ ਨਾ, ਅਸੀਂ ਤਾਂ ਅਸੀਂ ਲੈਣ ਚੱਲੇ ਹਾਂ ਬੰਦੇ, ਸਾਨੂੰ ਲੋੜ ਆ ਗਈ ਗੱਦਿਆਂ ਦੀ, ਕਿੰਨੇ ਕੁ ਬੰਦੇ ਲੈ ਤੁਹਾਡੇ ਕੋਲ ਉੱਥੇ, 500 ਵਿੱਚ ਬਿਠਾ ਲੈਣੇ, ਚਲੋ ਜੀ ਫਿਰ 500 ਹੈਗੇ ਨੇ, ਹਾਂਜੀ ਹੈਗੇ ਜੀ ਹੈਗੇ ਹੈਗੇ, ਲਚਕਾਣੀ ਹੋ ਆ ਜੀ, ਮੈਂ ਦਿਦਾਰ ਸਿੰਘ ਦਾ ਮੁੰਡਾ ਜੀ, ਚੰਦ ਸਿੰਘ ਮੇਰੇ ਦਾਦੇ ਦਾ ਨਾਮ ਜੀ, ਨਾ ਜਿਹੜੇ ਬਾਹਰੋਂ ਬਾਹਰ ਨਵੇਂ ਵਾਲਿਆਂ ਦਾ ਲਾਣਾ ਜੀ ਸਕੂਲ ਦੇ ਨਾਲ, ਸਾਡਾ ਸ਼ੁਰੂ ਤੋਂ ਹੀ ਪਿੰਡ ਇਹੀ ਹੈ ਜੀ, ਜੱਦੀ ਪਿੰਡ ਆ ਜੀ, ਔਰ ਸੰਗਤ ਜੀ ਤੁਸੀਂ ਦੇਖ ਰਹੇ ਹੋ ਇਸ ਟਾਈਮ ਬਜ਼ੁਰਗ, ਮੈਂ ਕਹੂੰਗਾ ਨਿਹਾਲੇ ਬਿਠਾਓ ਵੀਰੇ ਵੀਰ ਨੂੰ, ਤੇ ਅਸੀਂ ਹੁਣ ਇਹਨਾਂ ਨੂੰ ਜਿਹੜਾ ਲਚਕਾਣੀ ਪਿੰਡ ਦੇ ਵਿੱਚ ਲੈ ਕੇ ਚੱਲੇ ਆ ਜੀ, ਜਿਹੜੇ ਵੀ ਭੈਣ ਭਰਾ ਜਾਣਦੇ ਨੇ ਉਹ ਸਾਨੂੰ ਜ਼ਰੂਰ ਸੰਪਰਕ ਕਰਿਓ, ਇਹ ਪਿੰਡ ਆਪਣਾ ਮਗਰ ਸਾਹਿਬ ਦੇ ਨੇੜੇ, ਬਿਠਾ ਲਓ ਜੀ ਉੱਧਰ, ਬਿਠਾ ਲਓ ਬਾਪੂ ਜੀ ਨੂੰ, ਮਗਰ ਸਾਹਿਬ ਦੇ ਨੇੜੇ ਜਿਹੜਾ ਆਪਣਾ ਪਿੰਡ ਦੱਸਦੇ ਨੇ ਟੌੜਾ, ਟੌਰਾ ਟੌਰਾ, ਚਲੋ ਉੱਧਰ ਚਲੋ ਬਾਪੂ ਜੀ, ਚਲੋ ਅੱਗੇ, ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ, ਔਰ ਬਿਨਾਂ ਆਜੋ ਆਜੋ ਆਜੋ, ਤੁਰਿਓ ਤੁਰਿਓ ਤੁਰਿਓ, ਇੱਧਰ ਕੱਚੇ ਤੁਰ ਪਓ, ਕੱਚੇ ਤੁਰ ਪਓ, ਕੱਚੇ ਤੁਰ ਪਓ, ਕੋਈ ਗੱਲ ਨਹੀਂ, ਚਲੋ ਜੀ ਚਲੋ ਜੀ ਚਲੋ ਚਲੋ ਚਲੋ, ਵਾਹਿਗੁਰੂ ਠੀਕ ਹੈ ਜੀ, ਠੀਕ ਹੈ ਜੀ ਠੀਕ ਹੈ ਜੀ, ਚਲੋ ਬਾਪੂ ਜੀ ਬੈਠੋ, ਸਿਆਣੇ ਹੋ ਤੁਸੀਂ, ਖੜਤਾ ਜਾਂ ਜਗੀਰਦਾਰ ਸਿੰਘ ਵੀ ਆ, ਠੀਕ ਹੈ ਠੀਕ 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 ਹੈ ਜੀ, ਮਿਹਾਉ ਕਛੱਤਰੀ ਆ, ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ, ਅੱਛਾ ਜੀ ਹਾਂ ਠੀਕ ਹੈ, ਤੁਹਾਡੇ ਬੇਟਾ ਬੱਚੇ ਹੈਗੇ ਜੀ, ਮੁੰਡਾ ਹੈਗਾ, ਕਿੱਥੇ ਵਿਆਹ ਭਾਜੀ, ਕਰਾਉਂਦਾ ਨਹੀਂ, ਕਿੰਨੇ ਕੀ ਨਾਮ ਕੀ ਆ ਮੁੰਡੇ ਦਾ ਜੀ, ਬਲਿਹਾਰ, ਹੋ ਜਾਓ ਵਿੱਚ ਨੂੰ ਹੋ ਜਾਓ ਜੀ, ਅੱਛਾ ਜੀ ਸੱਚਾ ਪਾਤਸ਼ਾਹ, ਉਹ ਖੰਡਿਆ ਲੈ ਚੱਲੇ, ਆਹ ਦੇਖ ਆਹ ਗੁਰਦੁਆਰਾ ਮੇਰਾ, ਅੱਛਾ ਜੀ ਠੀਕ ਹੈ ਜੀ, ਠੀਕ ਹੈ ਠੀਕ ਹੈ, ਮੈਂ ਦੇਖ ਲਿਆ, ਇੱਥੇ ਕਰ ਲੋ ਪੈਰ ਅੰਦਰ ਕਰ ਲੋ ਜੀ, ਸੁਣ ਲਾ ਓਏ
ਰੱਬ ਨੇ ਜੋ ਬਖਸੇ ਰੇ ਜਾਣੇ ਆਪੇ ਦਊ ਨੀ ਖਾਣ ਨੂੰ ਦਾਣੇ ਨੀ ਉਹਦੀਆਂ ਗੱਲਾਂ ਉਹਦੀਆਂ ਗੱਲਾਂ ਉਹੀ ਜਾਣੇ ਨਹੀਂ ਨਹੀਂ ਕੋਈ ਨੀ ਕੁੱਟਦਾ ਜੀ ਲਓ ਜੀ ਆਹ ਲੋਕ ਕਰ ਲਓ ਜੀ ਵਿੱਚੋਂ ਜੀ ਔਰ ਸੰਗਤ ਜੀ ਤੁਸੀਂ ਦੇਖਿਆ ਜੀ ਹੁਣ ਅਸੀਂ ਇਸ ਵੀਰ ਨੂੰ ਜਿਹੜਾ ਬਜ਼ੁਰਗਾਂ ਨੂੰ ਲੈ ਚੱਲੇ ਹਾਂ ਜੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਤਾਂ ਜੋ ਇਹਨਾਂ ਦਾ ਆ ਜਾਓ ਇੱਧਰ ਆ ਜਾਓ ਤਾਂ ਜੋ ਇਹਨਾਂ ਦਾ ਜਿਹੜਾ ਅਗਲਾ ਜੀਵਨ ਜਿਹੜਾ ਰਹਿੰਦਾ ਜੀਵਨ ਆ ਜ਼ਿੰਦਗੀ ਦਾ ਉਹ ਚੰਗਾ ਹੋ ਸਕੇ। ਅਸੀਂ ਤਾਂ ਮੋਹਾਲੀ ਚੱਲੇ ਸੀਗੇ ਜੀ, ਅਸੀਂ ਦੋ ਪਰਿਵਾਰਾਂ ਨੂੰ ਮੋਹਾਲੀ ਮਿਲਣਾ ਅਤੇ ਸਾਨੂੰ ਕੱਲ੍ਹ ਦੀਆਂ ਵੀਡੀਓ ਦੇ ਨਾ ਬਜ਼ੁਰਗਾਂ ਦੀਆਂ ਆ ਰਹੀਆਂ ਨੇ ਅਤੇ ਅਸੀਂ ਹੁਣ ਇਸ ਗੱਡੀ ਦੇ ਵਿੱਚ ਸੰਸਥਾ ਨੂੰ ਭੇਜਣ ਲੱਗੇ ਹਾਂ ਬਜ਼ੁਰਗਾਂ ਨੂੰ। ਬਾਪੂ ਜੀ ਅਪਸੈਟ ਬਹੁਤ ਹੋ ਚੁੱਕੇ ਨੇ ਜੀ, ਪਰੇਸ਼ਾਨ ਨੇ, ਗਾਲਾਂ ਕੱਢ ਰਹੇ ਨੇ, ਗੰਦੀਆਂ ਗੱਲਾਂ ਬੋਲ ਦਿੰਦੇ ਨੇ, ਪਰ ਬਿਨਾਂ ਕੱਪੜਿਆਂ ਤੋਂ ਗਰਮ ਸੜਕ ਦੇ ਉੱਪਰ ਆ, ਤੁਸੀਂ ਸੋਚੋ ਜੀ ਇੱਕ ਮਿੰਟ ਨਹੀਂ ਪਿਆ ਜਾਂਦਾ ਇਹਨਾਂ ਨੂੰ। ਕਈ ਦਿਨ ਹੋ ਗਏ ਸਾਨੂੰ, ਕੱਲ੍ਹ ਸ਼ਾਮੀ ਸਾਡਾ ਭਰਾ ਉੱਥੇ ਸੁਨੇਹਾ ਲਾ ਕੇ ਆਇਆ ਅਤੇ ਅੱਜ ਅਸੀਂ ਸਵੇਰੇ ਉਰੇ ਜਿਹੜਾ ਪਹੁੰਚ ਗਏ ਸੰਗਤ ਜੀ। ਔਰ ਆਪ ਜੀ ਦੇਖ ਰਹੇ ਹੋ, ਕਰ ਲਓ ਇੱਕ ਸਾਈਡ 'ਤੇ ਕਰਾ ਲਓ ਗੱਡੀ ਜੀ। ਔਰ ਇਹ ਵੀਰ ਸਾਡਾ ਭਰਾ ਕੰਮ ਲਾ, ਇਹਨਾਂ ਨੇ ਵੀ ਸਾਨੂੰ ਵੀਡੀਓ ਭੇਜੀਆਂ ਤਾਂ ਅਸੀਂ ਇਹਨਾਂ ਨੂੰ ਸੁਨੇਹਾ ਲਾਇਆ ਵੀ ਤੁਸੀਂ ਇੱਥੇ ਰੋਕੋ, ਅਸੀਂ ਨਾਲ ਦੀ ਨਾਲ ਜਿਹੜਾ ਤੁਹਾਡੇ ਕੋਲ ਆ ਰਹੇ ਹਾਂ। ਔਰ ਆਪ ਜੀ ਨੇ ਸ਼ੇਅਰ ਕਰਨਾ ਵੀਡੀਓ ਨੂੰ, ਦੱਸਣਾ ਇਹਨਾਂ ਬਜ਼ੁਰਗਾਂ ਨਾਲ ਕੀ ਹੋਇਆ, ਕੀ ਇਹਨਾਂ ਦੀ ਜ਼ਿੰਦਗੀ ਆ, ਕੀ ਇਹ ਗਲਤੀਆਂ ਕਰਦੇ ਰਹੇ, ਕਿਉਂ ਇਹ ਰੋਡਾਂ 'ਤੇ ਪਹੁੰਚ ਗਏ, ਕਿਉਂ ਇਹ ਬਿਨਾਂ ਕੱਪੜਿਆਂ ਤੋਂ ਇੱਕ ਸੜਕ ਦੇ ਉੱਪਰ ਪੈ ਕੇ ਆਪਣੀ ਨਰਕ ਭਰੀ ਜ਼ਿੰਦਗੀ ਜਿਹੜਾ ਕੱਟਣ 'ਤੇ ਮਜਬੂਰ ਨੇ ਜੀ। ਆਪ ਜੀ ਨੇ ਸ਼ੇਅਰ ਕਰਨਾ। ਔਰ ਲਚਕਾਣੀ ਆਉਂਦੇ ਜਾਂਦੇ ਪਟਿਆਲੇ ਤੋਂ ਭਾਦਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਜ਼ਰੂਰ ਆਪ ਜੀ ਨੇ ਜਿਹੜਾ ਖੜ ਕੇ ਜਾਣਾ ਜੀ। ਉੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਇੱਦਾਂ ਦੀਆਂ ਰੂਹਾਂ ਆਪਣੇ ਕੋਲ ਰਹਿ ਰਹੀਆਂ ਨੇ ਜਿਨ੍ਹਾਂ ਦੇ ਇਲਾਜ ਚੱਲ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ। ਆਪ ਜੀ ਆਉਂਦੇ ਜਾਂਦੇ ਜ਼ਰੂਰ ਖੜ ਕੇ ਜਾਇਆ ਕਰੋ, ਭਾਦਸੋਂ ਰੋਡ 'ਤੇ ਨੇੜੇ ਹੀ ਆ ਜੀ। ਔਰ ਸੰਸਥਾ ਨੂੰ ਸੰਗਤ ਚਲਾ ਰਹੀ ਆ ਜੀ, ਕੋਈ ਬਿਲਡਿੰਗ ਮਟੀਰੀਅਲ ਡੋਨੇਟ ਕਰਦਾ, ਕੋਈ ਰਾਸ਼ਨ, ਕੋਈ ਕੱਪੜਾ, ਕੋਈ ਜੋ ਜੋ ਚੀਜ਼ਾਂ ਲੋੜ ਆ ਜੀ, ਇੱਕ ਇੱਕ ਚੀਜ਼ ਸੰਗਤ ਲੈ ਕੇ ਸਾਨੂੰ ਦਿੰਦੀ ਆ ਜੀ। ਸੰਗਤ ਦਾ ਤਹਿ ਦਿਲੋਂ ਧੰਨਵਾਦ, ਸ਼ੁਕਰਾਨਾ, ਹੱਸਦੇ ਵਾਜਦੇ ਰਹੋ ਮਹਾਰਾਜ, ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਿਆ ਜੀ। ਅਤੇ ਅਸੀਂ ਹੁਣ ਮੋਹਾਲੀ ਚਾਲੇ ਪਾਉਣੇ ਨੇ ਅਤੇ ਇਹ ਕਮਲ ਸਾਡਾ ਭਰਾ ਇੱਕ ਫਾਊਂਡੇਸ਼ਨ ਪਟਿਆਲੇ 'ਚ ਬਹੁਤ ਵਧੀਆ ਕੰਮ ਕਰ ਰਹੀ ਆ ਜੀ। ਇਹਨਾਂ ਦਾ ਮੁੱਖ ਕੰਮ ਹੈਗਾ ਮਰੀਜ਼ਾਂ ਨੂੰ ਕੈਂਪ ਲਾਉਣੇ ਔਰ ਦਵਾਈਆਂ ਦੇਣੀਆਂ ਔਰ ਪੱਟੀਆਂ ਕਰਨੀਆਂ। ਇਹ ਹਿਊਮਨ ਕੇਅਰ ਵੈਲਫੇਅਰ ਸੁਸਾਇਟੀ ਦੁੱਖ ਨਿਵਾਰਨ ਸਾਹਿਬ ਗੁਰੂ ਘਰ ਦੇ ਬਿਲਕੁਲ ਬਾਹਰ ਪੱਟੀ ਦੀ ਸੇਵਾ ਜਿਹੜੀ ਸੰਸਥਾ ਕਰ ਰਹੀ ਆ। ਆਪ ਜੀ ਜ਼ਰੂਰ ਸਾਰੇ ਭੈਣ ਭਰਾ ਪਟਿਆਲਾ ਨਿਵਾਸੀ ਦਾ ਜ਼ਰੂਰ ਸਾਥ ਦੇਣ ਲਈ ਅੱਗੇ ਜਾਓ, ਕਿਉਂਕਿ ਜਿਹੜੀ ਚੰਗੀ ਫਾਊਂਡੇਸ਼ਨ ਆ ਉਹਦਾ ਜ਼ਰੂਰ ਸਾਥ ਦਿਓ, ਪਰਖ ਕਰਕੇ ਉਹਦੇ ਨਾਲ ਜੁੜ ਕੇ ਉਹਦੇ ਨਾਲ ਸੇਵਾ ਜ਼ਰੂਰ ਕਰੋ। ਬਹੁਤ ਲੰਬੇ ਸਮੇਂ ਤੋਂ ਇਹ ਸੰਸਥਾ ਕੰਮ ਕਰ ਰਹੀ ਹੈ ਜੀ, ਔਰ ਆਪ ਜੀ ਸਾਰੇ ਸਾਥ ਦੇਣ ਲਈ ਹੋਰ ਵੱਧ ਚੜ੍ਹ ਕੇ ਅੱਗੇ ਆਓ ਤਾਂ ਜੋ ਇਹ ਕੈਂਪ ਨੇ ਜਿਹੜੇ ਵੀਰ ਲਾਉਂਦੇ ਨੇ ਤਾਂ ਹੋਰ ਵੱਡੇ ਪੱਧਰ 'ਤੇ ਇਹ ਕੈਂਪ ਲੱਗ ਸਕਣ ਜੀ। ਧੰਨਵਾਦ ਜੀ। ਠੀਕ ਹੈ ਕਮਲ ਵੀਰੇ, ਤੁਸੀਂ ਕਰਕੇ ਆਓ ਸੇਵਾ, ਧੰਨਵਾਦ। ਅਤੇ ਹੱਸਦੇ ਬਾਅਦ ਜਦੋਂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਿਆ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਇੱਧਰ ਆ ਜਾਓ। ਔਰ ਸੰਗਤ ਜੀ ਆਪ ਜੀ ਇੱਕ ਗੱਲ ਦੇਖੋ, ਪੰਜਾਬ ਦੇ ਹੀ ਬਜ਼ੁਰਗ ਹੋਣ, ਪਟਿਆਲੇ ਹੀ ਜ਼ਿਲ੍ਹੇ ਦੇ ਹੋਣ ਅਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਬਿਨਾਂ ਕੱਪੜਿਆਂ ਤੋਂ ਪਏ ਹੋਣ, ਅਸੀਂ ਉਹ ਵੀਡੀਓ ਫੋਟੋ ਨਹੀਂ ਸ਼ੇਅਰ ਕਰ ਸਕਦੇ ਬਜ਼ੁਰਗਾਂ ਦੀਆਂ, ਕਿਉਂਕਿ ਸਾਡੇ ਪੰਜਾਬ ਦੇ ਉਹ ਬਜ਼ੁਰਗ ਨੇ ਇਹ, ਸਾਡੇ ਉਹ ਬਜ਼ੁਰਗ ਜਿਨ੍ਹਾਂ ਨੇ ਪੰਜਾਬ ਨੂੰ ਉੱਪਰ ਚੱਕਿਆ ਹਰੀ ਕ੍ਰਾਂਤੀ ਵੇਲੇ ਤੋਂ ਲੈ ਕੇ ਅੱਜ ਤੱਕ। ਸਾਡੇ ਬਜ਼ੁਰਗਾਂ ਨੇ ਸਾਡੇ ਲਈ ਲੜਾਈਆਂ ਲੜੀਆਂ ਨੇ, ਪਰ ਇਹ ਉਹੀ ਬਜ਼ੁਰਗ ਨੇ ਜਿਨ੍ਹਾਂ 'ਤੇ ਅੱਜ ਬਿਪਤਾ ਪੈ ਗਈ। ਅੱਜ ਲੋੜ ਆ ਸਾਨੂੰ ਇਕੱਠੇ ਹੋ ਕੇ ਇੱਦਾਂ ਦੇ ਆਸ਼ਰਮਾਂ ਨੂੰ ਸਪੋਰਟ ਜ਼ਰੂਰ ਕਰੀਏ ਤਾਂ ਜੋ ਜਿੱਥੇ ਅੱਜ ਸੌਆਂ ਦੀ ਗਿਣਤੀ ਆ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਰੂਹਾਂ ਨੂੰ ਰੱਖਿਆ ਜਾ ਸਕੇ, ਇਹਨਾਂ ਵੀਰਾਂ ਬਜ਼ੁਰਗਾਂ ਦਾ ਇਲਾਜ ਜਿਹੜਾ ਕੀਤਾ ਜਾ ਸਕੇ, ਉਹਨਾਂ ਨੂੰ ਚੰਗਾ ਜਿਹੜਾ ਜੀਵਨ ਮਿਲ ਸਕੇ, ਉਹ ਸੜਕਾਂ 'ਤੇ ਇੱਦਾਂ ਬਿਲਕੁਲ ਨਾ ਕੱਪੜਿਆਂ ਤੋਂ ਬਿਨਾਂ ਕੱਪੜਿਆਂ ਤੋਂ ਨਾ ਰੁਲਣ, ਉਹਨਾਂ ਨੂੰ ਇੱਜ਼ਤ ਦੀ ਜ਼ਿੰਦਗੀ ਜਿਹੜੀ ਮਿਲ ਸਕੇ ਜੀ। ਧੰਨਵਾਦ ਹੱਸਦੇ ਬਾਦਰ। ਠੀਕ ਆ, ਤੁਸੀਂ ਸੰਸਥਾ 'ਚ ਜਾ ਕੇ ਆਓ, ਉੱਥੇ ਸੇਵਾਦਾਰ ਹੈਗੇ। ਠੀਕ ਹੈ ਜੀ, ਧੰਨਵਾਦ ਸੰਗਤ ਜੀ। ਅਸੀਂ ਉਹ ਵੀਰ ਉਹਨਾਂ ਨੂੰ ਭੇਜਿਆ ਹੁਣ ਗੱਡੀ 'ਚ, ਕਿਉਂਕਿ ਅਸੀਂ ਹੁਣ ਜਿਹੜਾ ਮੋਹਾਲੀ ਨੂੰ ਚਾਲੇ ਪਾਵਾਂਗੇ ਜੀ। ਉੱਥੇ ਦੋ ਵੀਰ ਨੇ, ਦੋ ਭਰਾਵਾਂ ਨੂੰ ਅਸੀਂ ਮਿਲਣਾ ਘਰਾਂ 'ਚ, ਅਤੇ ਅੱਗੇ ਗੁਰੂ ਸਾਹਿਬ ਸਾਨੂੰ ਕਿਰਪਾ ਕਰਨ, ਸਾਡੇ 'ਤੇ ਸਾਨੂੰ ਤਾਕਤ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਠੀਕ ਹੈ ਵੀਰੇ, ਚਲੋ ਜੀ। ਹਾਂਜੀ ਸੰਗਤ ਜੀ, ਤੁਸੀਂ ਦੇਖਿਆ ਬਜ਼ੁਰਗਾਂ ਨੂੰ, ਔਰ ਇਸ ਟਾਈਮ ਤੁਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੇਖ ਰਹੇ ਹੋ, ਰੱਬ ਰੂਪੀ ਰੂਹਾਂ ਨੂੰ ਦੇਖ ਰਹੇ ਹੋ ਜੀ। ਇਹ ਰੱਬ ਰੂਪੀ ਰੂਹਾਂ ਨੇ ਜੀ, 100 ਮੈਂਬਰ ਇਸ ਟਾਈਮ ਲਚਕਾਣੀ ਪਿੰਡ ਦੇ ਵਿੱਚ ਰਹਿ ਰਿਹਾ ਜੀ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੁਝ ਵੀਰ ਇੱਦਾਂ ਦੇ ਨੇ ਜਿਨ੍ਹਾਂ ਦੇ ਸੰਗਲ ਸੀ, ਕੁਝ ਵੀਰ ਇੱਦਾਂ ਦੇ ਨੇ ਜਿਹੜੇ ਪਰੇਸ਼ਾਨ ਹੋ ਚੁੱਕੇ ਸੀ, ਇੱਦਾਂ ਹੀ ਸਾਰੇ ਵੀਰ ਗੁਰਚਰਨ ਬੈਠਾ ਜੀ, ਇੱਦਾਂ ਹੀ ਪ੍ਰਕਾਸ਼ਮ ਬਾਪੂ ਕਮਾਂਡੋ ਬੈਠਾ, ਕਿੰਨੇ ਹੀ ਵੀਰ ਜਿਹੜੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ। ਔਰ ਜਿਹੜੇ ਬਜ਼ੁਰਗਾਂ ਨੂੰ ਤੁਸੀਂ ਹੁਣ ਇਸ ਟਾਈਮ ਦੇਖੋਗੇ, ਤੁਹਾਡਾ ਕੀ ਨਾਮ ਆ ਬਾਪੂ ਜੀ? ਲਾਲ ਸਿੰਘ ਜੀ ਨੇ ਜੀ, ਇਹਨਾਂ ਦਾ ਪਿੰਡ ਟੌਰਾਂ ਪਿੰਡ ਹੈ ਜੀ, ਮਗਰ ਸਾਹਿਬ, ਤੁਹਾਨੂੰ ਜਿਹੜਾ ਨੀਅਰ ਮਗਰ ਸਾਹਿਬ, ਨੀਅਰ ਮਗਰ ਸਾਹਿਬ ਜੀ, ਟੌਰਾਂ ਪਿੰਡ ਹੈ ਜੀ। ਅਤੇ ਬਾਪੂ ਉਹ ਹੈਗਾ ਦੁਧਨ ਸਾਧਾਂ, ਦੁਧਨ ਸਾਧਾਂ ਦੇ ਬਿਲਕੁਲ ਨੇੜੇ ਜੀ। ਡਾਕਖਾਨਾ ਮਸ਼ੀਂਗਣ, ਉਹ ਤਾਂ ਸਾਡੀ ਤਹਿਸੀਲ ਹੈਗੀ ਆ ਛੋਟੀ, ਦੁੱਧਨ ਸਾਧਾਂ ਬੜੀ ਪਟਿਆਲੇ ਆ। ਠੀਕ ਆ। ਔਰ ਸੰਗਤ ਜੀ, ਤੁਸੀਂ ਦੇਖਿਆ ਕਿੱਦਾਂ ਬਜ਼ੁਰਗ, ਔਰ ਪਟਿਆਲੇ ਵੀ ਦੋ ਤਿੰਨ ਪੇਜਾਂ ਦੇ ਉੱਪਰ ਬਜ਼ੁਰਗਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਨੇ। ਇਹ ਬਾਪੂ ਜੀ ਨਾ ਜੀ ਇੱਦਾਂ ਇੱਦਾਂ ਬੋਲੀ ਜਾਂਦੇ ਨੇ ਸੰਗਤ ਜੀ, ਬਾਪੂ ਜੀ ਦੀ ਲੰਬੀ ਗੱਲ ਆਪਾਂ ਨਹੀਂ ਜਿਹੜੀ ਸੁਣ ਪਾਵਾਂਗੇ, ਉਹਦੇ ਪਿੱਛੇ ਕਾਰਨ ਨੇ ਜੀ। ਬਾਪੂ ਜੀ ਮੈਂ ਇਸ ਤੋਂ ਬਾਅਦ ਤੁਹਾਡੀ ਗੱਲ ਸੁਣੂੰਗਾ ਜੀ, ਕਿਉਂਕਿ ਬਾਪੂ ਜੀ ਸੰਗਤ ਜੀ ਕੁਛ ਕੁ ਨਾ ਗਲਤ ਸ਼ਬਦ ਵਰਤਦੇ ਨੇ, ਸਾਡੀਆਂ ਧੀਆਂ ਭੈਣਾਂ ਮਾਤਾਵਾਂ ਇਸ ਵੀਡੀਓ ਨੂੰ ਦੇਖਦੀਆਂ ਨੇ, ਇਸ ਕਰਕੇ ਸਾਡੀ ਇਹ ਮਜਬੂਰੀ ਆ ਵੀ ਅਸੀਂ ਉਹ ਸ਼ਬਦ ਨਹੀਂ ਆਪ ਜੀ ਅੱਗੇ ਸਾਂਝੇ ਕਰ ਸਕਦੇ। ਅਸੀਂ ਵੀਡੀਓ ਤੋਂ ਬਾਅਦ ਬਾਪੂ ਦੀਆਂ ਸਾਰੀਆਂ ਗੱਲਾਂ ਸੁਣਾਂਗੇ, ਕਿਉਂਕਿ ਉਹ ਆਪਣਾ ਢਿੱਡ ਫੋਲਣਾ ਚਾਹੁੰਦੇ ਨੇ, ਜੋ ਗੱਲਾਂ ਬੋਲਣਾ ਚਾਹੁੰਦੇ ਨੇ ਅਸੀਂ ਸੁਣਾਂਗੇ, ਕਿਉਂਕਿ ਸਾਡਾ ਫਰਜ਼ ਆ ਅਸੀਂ ਉਹਨਾਂ ਦੇ ਕੋਲੇ ਬੈਠੀਏ, ਤਾਂ ਜੋ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਮਾੜੀਆਂ ਗੱਲਾਂ ਜੋ ਨੇ ਉਹ ਸੁਣਾਉਣਾ ਚਾਹੁੰਦੇ ਨੇ ਸੁਣੀਏ ਜੀ। ਔਰ ਇੱਦਾਂ ਹੀ ਤੁਸੀਂ ਇਸ ਪਰਿਵਾਰ ਨੂੰ ਦਿਨੋਂ ਦਿਨ ਵਾਧੇ ਨੂੰ ਦੇਖ ਰਹੇ ਹੋ ਜੀ, ਹੁਣ ਪ੍ਰਸ਼ਾਦੇ ਦੀ ਤਿਆਰੀ ਆ ਜੀ, ਤੁਸੀਂ ਆਉਂਦੇ ਜਾਂਦੇ ਲਚਕਾਣੀ ਪਿੰਡ ਜ਼ਰੂਰ ਖੜ ਕੇ ਜਾਇਆ ਕਰੋ। ਇਹ ਦੀਪੀ ਬੈਠਾ, ਦੀਪੀ ਠੀਕ ਆ? ਦੀਪੀ ਵੀਰ ਦਾ ਪਿੰਡ ਕਿਹੜਾ ਸੀਗਾ ਜੀ, ਕਿਹੜਾ ਪਿੰਡ ਸੀਗਾ ਉਹ? ਨੰਗਲ ਲਵਾਣਾ ਕਪੂਰਥਲੇ ਦੇ ਵਿੱਚ। ਆਪ ਜੀ ਨੇ ਦੇਖਿਆ ਕਿੱਦਾਂ ਵੀਰ ਇਹ ਇੱਕ ਕੁੜੀ ਵਾਲੀ ਜਿਹੜੀ ਫੀਲਿੰਗ ਜਿਹੜੇ ਦੇ ਅੰਦਰ ਆ ਗਈ ਸੀ, ਉਹੀ ਵੀਰ ਆ ਜੀ ਇਹ ਦੀਪੀ। ਆਪ ਜੀ ਦੇਖ ਰਹੇ ਹੋ ਹੁਣ ਤਾਂ ਮੁਸਕਰਾ ਰਿਹਾ, ਮਤਲਬ ਹੁਣ ਤਾਂ ਪ੍ਰਸ਼ਾਦਾ ਵੀ ਛਕਦਾ, ਪਹਿਲੇ ਦਿਨ ਥੋੜ੍ਹਾ ਜਿਹਾ ਕਹੇ ਪਰੇਸ਼ਾਨ ਕਰਦਾ ਸੀ ਪ੍ਰਸ਼ਾਦਾ ਛਕਣ ਤੋਂ ਜੀ। ਅਤੇ ਇੱਦਾਂ ਹੀ ਇਹ ਪਰਿਵਾਰ ਜਿਹੜਾ ਆਪ ਜੀ ਆਉਂਦੇ ਜਾਂਦੇ ਖੜ ਕੇ ਜਾਣਾ, ਆਪ ਜੀ ਬੋਰਡ ਵੀ ਦੇਖ ਰਹੇ ਹੋ, ਔਰ ਇਹ ਇੱਕ ਸਵਰਗ ਆ ਜੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਲਚਕਾਣੀ ਪਿੰਡ ਦੇ ਵਿੱਚ, ਇੱਥੇ ਰੱਬੀ ਰੂਹਾਂ ਦੀ ਜਿਹੜੀ ਸੇਵਾ ਹੁੰਦੀ ਆ। ਔਰ ਆਪ ਜੀ ਅੱਗੇ ਅਸੀਂ ਬੇਨਤੀ ਕਰਦੇ ਹਾਂ, ਇਸ ਘਰ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਜੀ, ਬਹੁਤ ਵੱਡੇ ਪੱਧਰ 'ਤੇ ਸਪੋਰਟ ਦੀ ਲੋੜ ਆ ਜੀ। ਕਈ 100 ਬੰਦਾ ਇੱਥੋਂ ਦਿਮਾਗੀ ਪਰੇਸ਼ਾਨ, ਦਵਾਈਆਂ ਲੈ ਰਹੇ ਨੇ ਸੰਗਤ ਜੀ, ਔਰ ਕਈ 100 ਬੰਦਾ, ਔਰ ਇਹ ਵੀਰ ਇੱਥੇ ਰਹਿ ਰਹੇ ਨੇ, ਇੱਥੇ ਦਾ ਜਿਹੜਾ ਵੀ ਖਰਚਾ ਉਹ ਸੰਗਤ ਕਰਦੀ ਹੈ, ਜਿਵੇਂ ਕਿ ਰਾਸ਼ਨ, ਦਵਾਈਆਂ, ਕੱਪੜਾ, ਬਿਜਲੀ ਦੇ ਬਿੱਲ ਭਰਨ ਵਾਲੇ ਨੇ, ਜਾਂ ਹੋਰ ਕਿੰਨਾ ਕੁਛ ਆ, ਕਿੰਨੇ ਬਿੱਲ ਨੇ ਸੰਗਤ ਜੀ ਜਿਹੜੇ ਖੜ੍ਹੇ ਹੁੰਦੇ ਨੇ। ਸੰਗਤ ਮਦਦ ਵੀ ਬਹੁਤ ਕਰਦੀ ਇਹੋ ਜਿਹੀ ਗੱਲ ਨਹੀਂ, ਪਰ ਅੱਗੇ ਸਾਡੀ ਬੇਨਤੀ ਆ ਵੀ ਸੰਗਤ ਇਹਨਾਂ ਰੂਪਾਂ ਦੇ ਵਿੱਚ ਔਰ ਤੱਕ ਮਦਦ ਪਹੁੰਚਦੀ ਕਰੇ, ਕਿਸੇ ਨਾ ਕਿਸੇ ਭੈਣ ਭਰਾਵਾਂ ਦੀਆਂ ਡਿਊਟੀਆਂ ਲਾ ਕੇ ਜਿਹੜੇ ਆਪ ਖੁਦ ਆਪਣੇ ਹੱਥੀਂ ਚੀਜ਼ਾਂ ਦੀ ਸੇਵਾ ਕਰਕੇ ਜਾਣ। ਔਰ ਆਪ ਜੀ ਸੰਗਤ ਅੱਗੇ ਬੇਨਤੀ ਆ, ਅਸੀਂ ਪਿਛਲੇ 10 ਦਿਨਾਂ ਤੋਂ ਇੱਕ ਮੈਂਬਰਸ਼ਿਪ ਸ਼ੁਰੂ ਕੀਤੀ ਆ, ਉਹ ਆਪ ਜੀ ਪੱਕੇ ਮੈਂਬਰ ਸੰਸਥਾ ਦੇ ਜ਼ਰੂਰ ਬਣੋ, ਤਾਂ ਜੋ ਆਪ ਜੀ ਇਸ ਘਰ ਦਾ ਸਹਾਰਾ ਬਣੋ, ਔਰ ਇਸ ਘਰ ਨੂੰ ਆਪਾਂ ਬਹੁਤ ਵੱਡੇ ਪੱਧਰ 'ਤੇ ਲੈ ਕੇ ਜਾਣਾ। ਸੰਗਤ ਜੀ ਆਪ ਜੀ ਪੱਕੇ ਮੈਂਬਰ ਜ਼ਰੂਰ ਬਣੋ, ਔਰ ਸਾਡੇ ਨੰਬਰਾਂ 'ਤੇ ਸੰਪਰਕ ਕਰਕੇ ਅਸੀਂ ਆਪ ਜੀ ਨੂੰ ਪ੍ਰਕਿਰਿਆ ਦੱਸਾਂਗੇ ਵੀ ਆਪ ਜੀ ਪੱਕੇ ਮੈਂਬਰ ਕਿੱਦਾਂ ਬਣ ਕੇ ਸਿੱਧਾ ਸੰਸਥਾ ਦੇ ਨਾਲ ਜਿਹੜਾ ਇਸ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਜੀ। ਔਰ ਤੁਸੀਂ ਦੇਖਿਆ ਬਾਕੀ ਹੁਣ ਹਨੇਰਾ ਹੋ ਚੁੱਕਿਆ, ਬਿਜਲੀ ਵੀ ਚਲੀ ਗਈ ਜੀ, ਹੁਣ ਸਾਰਿਆਂ ਨੇ ਪ੍ਰਸ਼ਾਦਾ ਛਕਣਾ ਜੀ, ਔਰ ਆਪ ਜੀ ਦਿਨੋਂ ਆਉਂਦੇ ਜਾਂਦੇ ਦਿਨ 'ਚ ਜਦੋਂ ਵੀ ਕਿਤੇ ਸਮਾਂ ਲੱਗਦਾ ਇਹਨਾਂ ਰੂਹਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਜੀ। ਧੰਨਵਾਦ, ਹੱਸਦੇ ਵਾਹਦੇ ਰਹੋ, ਸ਼ੁਕਰਾਨਾ। ਔਰ ਇਹਨਾਂ ਬਜ਼ੁਰਗਾਂ ਬਾਰੇ ਸਾਨੂੰ ਜਿਹੜੇ ਵੀ ਵੀਰ ਜਾਣਦੇ ਨੇ, ਆਪਾਂ ਇੱਧਰ ਬਾਹਰਲੇ ਪਾਸੇ ਹੋ ਜਾਂਦੇ ਹਾਂ ਜੀ, ਜਿਹੜੇ ਵੀ ਵੀਰ ਇਹਨਾਂ ਬਜ਼ੁਰਗਾਂ ਨੂੰ ਜਾਣਦੇ ਨੇ, ਜਾਂ ਕੋਈ ਪਰਿਵਾਰਕ ਮੈਂਬਰ, ਜਾਂ ਕੋਈ ਦੋਸਤ ਮਿੱਤਰ, ਕੋਈ ਵੀ, ਕਿਉਂਕਿ ਇਹ ਬਜ਼ੁਰਗ ਦੱਸਦੇ ਨੇ ਮੈਂ ਮਹਿੰਦਰਾ ਕਾਲਜ ਦੇ ਵਿੱਚ ਪੜ੍ਹਿਆ,
ਤਾਂ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਕਰਿਓ ਤਾਂ ਜੋ ਇਹਨਾਂ ਬਜ਼ੁਰਗਾਂ ਬਾਰੇ ਪਤਾ ਲੱਗ ਸਕੇ ਇਹ ਕਿਉਂ ਸੜਕਾਂ 'ਤੇ, ਇਹ ਬਜ਼ੁਰਗ ਸੜਕਾਂ 'ਤੇ ਬਿਨਾਂ ਕੱਪੜਿਆਂ ਤੋਂ ਪਟਿਆਲੇ ਸ਼ਹਿਰ ਦੇ ਵਿੱਚ ਘੁੰਮੇ ਨੇ। ਇਹਨਾਂ ਨੂੰ ਮੈਨੂੰ ਲੱਗਦਾ ਜੀ ਪੂਰਾ ਪਟਿਆਲਾ ਤਾਂ ਨਹੀਂ ਕਹਿ ਸਕਦੇ ਪਰ 50% ਪਟਿਆਲੇ ਨੇ ਮਤਲਬ ਉਸ ਹਾਲਾਤਾਂ ਦੇ ਵਿੱਚ ਦੇਖਿਆ ਇਹਨਾਂ ਬਜ਼ੁਰਗਾਂ ਨੂੰ। ਔਰ ਸਾਨੂੰ ਕੱਲ੍ਹ ਸ਼ਾਮੀ ਪਤਾ ਲੱਗਿਆ ਸੀ ਜੀ ਅਤੇ ਅਸੀਂ ਫਿਰ ਅੱਜ ਉਹਨਾਂ ਨੂੰ ਜਿਹੜਾ ਲੈਣ ਲਈ ਇਹਨਾਂ ਨੂੰ ਲੱਭਣ ਲਈ ਚਲੇ ਗਏ ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਜ ਉਰੇ ਲਿਆਏ। ਔਰ ਦੇਖਿਓ ਤੁਸੀਂ 2 ਕੁ ਦਿਨਾਂ ਦੇ ਵਿੱਚ ਜਦੋਂ ਦਵਾਈਆਂ ਆਪਾਂ ਸ਼ੁਰੂ ਕਰਤੀ ਗੁਰੂ ਸਾਹਿਬ ਅੱਗੇ ਅਰਦਾਸ ਕਰਤੀ, ਤੁਸੀਂ ਦੇਖਿਓ ਵੀ ਕਿਵੇਂ ਚੜ੍ਹਦੀ ਕਲਾ ਹੋ ਜਾਣੀਆਂ। ਇਹੀ ਬਜ਼ੁਰਗ ਜਿਹੜੇ ਗਲਤ ਸ਼ਬਦ ਵਰਤਦੇ ਨੇ ਹਰ ਵਕਤ ਬੋਲੀ ਜਾਂਦੇ ਨੇ, ਇੱਕ ਗੱਲ ਨੂੰ ਸ਼ੁਰੂ ਕਰਕੇ 1/2 ਘੰਟੇ 'ਚ ਨਿਬੇੜਦੇ ਨੇ, ਜੇ ਕੋਈ ਗੱਲ ਕੱਟਦਾ ਵਿੱਚ ਤਾਂ ਉਹਨੂੰ ਗੁੱਸੇ 'ਚ ਬੋਲਦੇ ਨੇ ਮੇਰੀ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਇੱਦਾਂ ਹੀ ਕਹੀ ਜਾਂਦੇ ਨੇ, ਜੇ ਕੋਈ ਗੱਲ ਕੱਟਦਾ ਤਾਂ ਉਹਨੂੰ ਫਿਰ ਗਲਤ ਕਹਿੰਦੇ ਨੇ। ਜਦੋਂ ਇਹ ਉਰੇ ਆਏ ਸੰਸਥਾ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਵੀ ਪਾਲ ਮੇਰੀ ਗੱਲ ਸੁਣ, ਮੈਂ ਕਿਹਾ ਬਾਪੂ ਜੀ ਤੁਹਾਨੂੰ ਮੇਰਾ ਨਾਮ ਕਿੱਦਾਂ ਪਤਾ? ਕਹਿੰਦਾ ਮੈਨੂੰ 5 ਦਿਨ ਹੋ ਗਏ ਪਟਿਆਲੇ ਦੀਆਂ ਸੜਕਾਂ 'ਤੇ ਪਏ ਨੂੰ, ਕਹਿੰਦਾ ਮੈਨੂੰ 5 ਦਿਨਾਂ ਵਿੱਚ ਕਿੰਨੀ ਉਹ ਸੰਗਤ ਆ ਗਈ। ਕਹਿੰਦਾ ਉਹ ਕਹਿੰਦੀ ਦੀਦੀ ਪਾਲ ਕੋਲੇ ਭੇਜ ਦਿਓ, ਪਾਲ ਕੋਲੇ ਭੇਜ ਦਿਓ। ਕਹਿੰਦਾ ਮੈਨੂੰ ਹਰੇਕ ਕਹਿੰਦੇ ਕਰੇ ਪਾਲ ਨੂੰ ਚੁਕਾ ਦਿਓ। ਕਹਿੰਦਾ ਮੈਂ ਤੇਰਾ ਤਾਂ ਨਾਮ ਜਾਣਦਾ, ਅਸੀਂ ਬੜੇ ਖੁਸ਼ ਵੀ ਹੋਏ ਅਤੇ ਸਾਨੂੰ ਚੰਗਾ ਵੀ ਲੱਗਿਆ ਵੀ ਸੰਗਤ ਨੇ ਸਾਡੇ 'ਤੇ ਇੰਨਾ ਵਿਸ਼ਵਾਸ ਔਰ ਇੰਨਾ ਮਾਣ ਸਾਡੇ 'ਤੇ ਕੀਤਾ। ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ, ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਿਆ ਜੀ, ਹੱਸਦੇ ਵੱਸਦੇ ਰਹੋ, ਪਰਮਾਤਮਾ ਸਾਰਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖੇ, ਸਭ ਦੇ ਧੀਆਂ ਪੁੱਤ ਚੜ੍ਹਦੀ ਕਲਾ 'ਚ ਰਹਿਣ। ਔਰ ਜਿੰਨੀ ਵੀ ਭੈਣ ਭਰਾ ਚਾਹੇ ਤੁਸੀਂ ਵਿਦੇਸ਼ਾਂ 'ਚੋਂ ਚਾਹੇ ਤੁਸੀਂ ਕਿਤੇ ਵੀ ਹੋ, ਅਸੀਂ ਤੁਹਾਡੇ ਲਈ ਅਰਦਾਸਾਂ ਮੰਗਦੇ ਹਾਂ ਦਿਲੋਂ। ਔਰ ਇੱਕ ਆਪਾਂ 11ਵੇਂ ਮਹੀਨੇ ਦੇ ਵਿੱਚ ਅੱਗੇ 11ਵੇਂ ਮਹੀਨੇ ਦੇ ਵਿੱਚ ਪ੍ਰੋਗਰਾਮ ਕਰਾਉਣਾ ਸੰਸਥਾ ਦੇ ਵਿੱਚ ਧਾਰਮਿਕ, ਉਦੋਂ ਆਪ ਜੀ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੇ ਸ਼ਾਮਿਲ ਹੋਣਾ। 11ਵੇਂ ਮਹੀਨੇ ਦੇ ਵਿੱਚ ਅਸੀਂ ਹੁਣ ਹਰੇਕ ਵੀਡੀਓ ਦੇ ਵਿੱਚ ਇਹ ਬੋਲਦੇ ਰਹਾਂਗੇ ਜੀ ਵੀ 11ਵੇਂ ਮਹੀਨੇ ਦੀ 20 ਤਰੀਕ ਜਾਂ 21 ਤਰੀਕ ਹੋਊਗੀ, ਆਪ ਜੀ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਗਿਣਤੀ ਦੇ ਵਿੱਚ ਇੱਥੇ ਹਾਜ਼ਰੀ ਭਰਨੀ ਹੈ। 1 ਦਿਨ ਦਾ ਪ੍ਰੋਗਰਾਮ ਹੋਊਗਾ ਧਾਰਮਿਕ ਸੰਗਤ ਜੀ, ਆਪ ਜੀ ਨੇ ਹਾਜ਼ਰੀ ਭਰਨੀ ਹੈ, ਬੜੀ ਮਨ ਨੂੰ ਖੁਸ਼ੀ ਹੋਊ ਔਰ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਨੇ ਨੇ ਜੀ। ਔਰ ਸ਼ੁਕਰਾਨਾ ਅਸੀਂ ਕਹਾਂਗੇ ਗੁਰੂ ਨਾਨਕ ਦਾ ਦਰ ਜ਼ਰੂਰ ਦਰਸ਼ਨ ਕਰਾ ਦਿਓ ਸੰਗਤ ਨੂੰ। ਇੱਧਰ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਤੋਂ ਜਿਹੜੀ ਇਹਨਾਂ ਦੀ ਫੋਟੋ ਲਾਉਣ ਦੇ ਵਿੱਚ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ। ਇੱਧਰ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਦੀ ਫੋਟੋ ਲਾਉਂਦੇ ਹੋਏ ਅਸੀਂ ਬਹੁਤ ਹੀ ਫਖਰ ਮਹਿਸੂਸ ਕਰ ਰਹੇ ਹਾਂ ਜੀ। ਔਰ ਗੁਰੂ ਸਾਹਿਬ ਜੀ ਦੀ ਇਹੋ ਜਿਹੀ ਕਿਰਪਾ ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ 'ਤੇ ਮਹਾਰਾਜ ਇਹੋ ਜਿਹੀ ਕਿਰਪਾ ਕਰਦੇ ਨੇ ਰੱਬੀ ਰੂਹਾਂ। ਤੁਸੀਂ ਦੇਖੋ ਸੰਗਤ ਜੀ ਅੱਜ ਇਹ ਘਰ ਕਿੰਨੀ ਚੈਨ ਦੀ ਔਰ ਕਿੰਨੀ ਸੋਹਣੇ ਜਿਹੜੇ ਸਜੇ ਬੈਠੇ ਨੇ ਸਾਰੇ ਵੀਰ, ਮੈਂ ਕਹਿੰਦਾ ਜੀ ਦਸਤਾਰਾਂ ਸਜਾਈਆਂ, ਆਨੰਦ ਏ ਵੱਖਰਾ ਜੀ, ਆਨੰਦ ਏ ਵੱਖਰਾ ਸੰਗਤ ਜੀ, ਮਤਲਬ ਰੂਹ ਖੁਸ਼ ਹੋ ਜਾਂਦੀ ਹੈ ਇਸ ਟਾਈਮ ਇਹਨਾਂ ਨੂੰ ਪ੍ਰਸ਼ਾਦਾ ਛਕਦੇ ਦੇਖ ਕੇ, ਕਿਉਂਕਿ ਅਸੀਂ ਇਹਨਾਂ ਦੇ ਉਹ ਹਾਲਾਤ ਦੇਖੇ ਹੋਏ ਨੇ ਸੰਗਤ ਜੀ ਜਦੋਂ ਇਹ ਸੜਕਾਂ 'ਤੇ ਨਰਕ ਭਰੀ ਜ਼ਿੰਦਗੀ ਕੱਟਦੇ ਸੀਗੇ ਔਰ ਕਈਆਂ ਦੇ ਸੰਗਲ ਕੀ, ਕਈ ਬਿਨਾਂ ਕੱਪੜਿਆਂ ਤੋਂ, ਕਈ ਗੰਦ ਮੰਦ ਦੇ ਵਿੱਚ ਰਹਿਣਾ, ਉਹ ਹਾਲਾਤ ਜਦੋਂ ਦੇਖੇ ਹੋਣ ਤਾਂ ਜਦੋਂ ਆਹ ਹਾਲਾਤਾਂ ਦੇ ਵਿੱਚ ਪ੍ਰਸ਼ਾਦਾ ਛਕਦਾ ਹੋਵੇ 100 ਮੈਂਬਰ ਤਾਂ ਆਨੰਦ ਏ ਵੱਖਰਾ ਸੰਗਤ ਜੀ, ਆਨੰਦ ਏ ਵੱਖਰਾ ਜੀ, ਬੜੀ ਗੁਰੂ ਸਾਹਿਬ ਦੀ ਕਿਰਪਾ। ਔਰ ਪਿੱਛੇ ਅੱਗੇ ਹਾਲ ਆ ਜੀ ਉਹਦੇ ਵਿੱਚ ਸੌਂਦੇ ਨੇ ਸਾਰੇ ਵੀਰ, ਧੰਨਵਾਦ ਆਪ ਜੀ। ਅੱਗੇ ਸਾਡੀ ਬੇਨਤੀ ਆ ਤੁਸੀਂ ਵੀਡੀਓ ਜ਼ਰੂਰ ਸ਼ੇਅਰ ਕਰਿਓ ਔਰ ਤਾਂ ਜੋ ਇਹਨਾਂ ਰੂਹਾਂ ਦੇ ਆਪ ਜੀ ਨੂੰ ਸਾਰੀਆਂ ਸੰਗਤਾਂ ਨੂੰ ਇਹਨਾਂ ਰੂਹਾਂ ਦੇ ਦਰਸ਼ਨ ਹੋ ਜਾਣ ਜੀ। ਧੰਨਵਾਦ ਸੰਗਤ ਜੀ, ਸ਼ੁਕਰਾਨਾ, ਹੱਸਦੇ ਵੱਸਦੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।